ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 7 8 2020 ਐਡੀਸ਼ਨ ਲੈਸਨ 16 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਪਾਈ ਨੰਦ ਲਾਲ ਜੀ ਬਾਰੇ ਪੜਾਂਗੇ ਜਿਨ੍ਹਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਇਹ ਐਸੇ ਲਿਖਣ ਵਾਸਤੇ ਮੈਨੂੰ ਪਾਈ ਨੰਦ ਲਾਲ ਜੀ ਦੀ 8ਵੀਂ ਪੁਸਤ ਦੇ ਵਿੱਚੋਂ ਸਤਾਰਪੀਤ ਮਹੰਸ ਸਿੰਘ ਕਪੂਰ ਜੀ ਵੱਲੋਂ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਨੇ ਉਹਨਾਂ ਵੱਲੋਂ ਮੈਨੂੰ ਕਾਫੀ ਮਦਦ ਮਿਲੀ ਜਿਹੜੇ ਫੈਕਟ ਮੈਂ ਲਿਖਣੇ ਚਾਹਦੀ ਸੀ ਉਹਨਾਂ ਨੇ ਮੈਨੂੰ ਦੱਸੇ ਇਸ ਪਾਠ ਦੇ ਵਿੱਚ ਕਾਫੀ ਔਖੇ ਸ਼ਬਦ ਸ਼ਾਇਦ ਹੋਣਗੇ ਜਿਹੜੇ ਆਪ ਜੀ ਨੇ ਪਹਿਲੇ ਨਹੀਂ ਸੁਨੇ ਹੋਣੇ ਤੇ ਆਪਾਂ ਸ਼ਾਇਦ ਕਈ ਸੁਨੇ ਵੀ ਹੋਣਗੇ ਚਲੋ ਆਪਾਂ ਇੱਕ ਵਾਰੀ ਪੜ੍ਹਦੇ ਹਾਂ ਕਵੀ ਪੋएट ਨੌਕਰ ਚਾਕਰ ਸਰਵੈਂਟਸ ਲੁੱਕ ਕੇ ਇਨ ਹਾਈਡਿੰਗ ਅਥਰੂ ਟੀਅਰਸ ਸ਼ਹਿਜ਼ਾਦਾ ਪ੍ਰਿੰਸ ਅਸੀਂ ਸਾਹਿਬਜ਼ਾਦਾ ਕਹਿੰਦੇ ਆ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਈਟ ਸੋ ਥੈਟ ਆਲਸੋ ਮੀਨਸ ਪ੍ਰਿੰਸ ਪਰ ਮੁਸਲਮ ਸ਼ਹਿਜ਼ਾਦਾ ਕਹਿੰਦੇ ਸੀ ਸ਼ਹਿਜ਼ਾਦਾ ਦਰਬਾਰ ਇਸ ਕੋਰਟ ਕਾਬਲ ਮੀਨਸ ਏਬਲ অর ਵਰਥ ਸ਼ੌਕ ਪੈਸ਼ਨ ਪੂਰੇ ਹੋਣਾ ਟੂ ਡਾਈ ਫਿਕਰ ਵਿੱਚ ਪੈ ਗਏ ਗਾਟ ਬਰੀਡ ਗਜ਼ਲ ਇੱਕ ਕਾਈਂਡ ਆਫ ਪੋਇਟਰੀ farsi's persian mohalla is neighborhood and uchat is sad man uchat ho jana man sad ho jana theek hai diwan chhajju mal ji shehzada dara shikoh de darbar vich kam karde san ate us nal afghanistan de shehar ghazni vich chale gaye othe hi diwan chhajju mal ji de ghar pai dand lal ji da janam 1633 vich hoya ਦੇ ਸ਼ੁੱਭੀ ਹੈ ਉਹਨਾਂ ਦੇ ਪਿਤਾ ਦੀਵਾਨ ਛੱਜੂ ਮਲ ਨੇ ਨੰਦ ਲਾਲ ਜੀ ਨੂੰ ਸੰਸਕ੍ਰਿਤ ਹਿੰਦੀ ਫਾਰਸੀ ਅਤੇ ਅਰਬੀ ਬੋਲੀਆਂ ਸਿਖਾਈਆਂ ਆਈ ਥਿੰਕ ਦੇਰ ਇਜ਼ ਅ ਮਿਸਟੇਕ ਇਨ ਯਰ ਬੁੱਕ ਆਈ ਥਿੰਕ ਦੇਰ ਇਜ਼ ਅ ਅੱਧਾ ਕਨ ਇਟ ਉਹਨਾਂ ਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਸੀ ਸੋ பை ਨੰਦ ਲਾਲ ਜੀ ਵਾਸ ਅ ਵੈਰੀ ਸਮਾਰਟ ਵੈਨ ਹੀ ਵਾਸ ਅ ਲਿਟਲ ਬੋਏ ਜਦ ਨੰਦ ਲਾਲ ਜੀ 12 ਸਾਲ ਦੇ ਹੋਏ ਤਾਂ ਪਿਤਾ ਨੇ ਉਹਨਾਂ ਨੂੰ ਕੰਠੀ ਜਨੇਊ ਵਰਗੀ ਮਾਲਾ ਪਾਉਣ ਲਈ ਉਤਸਵ ਕੀਤਾ ਕਹਿੰਦੇ ਹਨ ਕਿ ਨੰਦ ਲਾਲ ਜੀ ਨੇ ਵੀ ਕੰਠੀ ਪਾਉਣ ਤੋਂ ਇਨਕਾਰ ਕਰ ਕੀਤਾ ਜਦ ਉਹਨਾਂ ਨੂੰ ਇਹ ਕੰਠੀ ਨਾ ਪਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਇਸ ਕੰਠੀ ਨਾਲ ਮੇਰਾ ਕੋਈ ਕੰਮ ਨਹੀਂ ਸਵਰੇਗਾ will not get better ਮਾਲਾ ਲੱਕੜੀ ਦੀ ਬਣੀ ਹੋਈ ਹੈ ਅਤੇ ਰੂਹ ਦੇ ਤਾਗੇ ਵਿੱਚ ਪੁਰੋਈ ਹੈ ਏ ਟੁੱਟ ਸਕਦੀ ਹੈ ਅਤੇ 파ਰੀ ਹੈ ਮੇਰੇ ਗਲ ਵਿੱਚ ਉਹ ਕੰਠੀ ਪਾਓ ਜੋ ਟੁੱਟੇ ਨਾ ਅਤੇ ਮੇਰੇ ਨਾਲ ਰਹੇ ਯੂ ਰਿਮੈਂਬਰ ਗੁਰੂ ਨਾਨਕ ਦੇਵ ਜੀ ਨੇ ਵੀ ਉਜ ਨੇ ਬਾਰੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਸੋ ਸ਼ਾਇਦ ਪਾਈ ਨੰਦ ਲਾਲ ਜੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਅਸਰ ਸੀ ਉਹ ਨਾ ਦੇ ਪਿਤਾ ਨੇ ਉਹਨਾਂ ਨੂੰ ਛਿੜਕਿਆ ਨੰਦ ਲਾਲ ਜੀ ਚੁੱਪ ਕਰ ਗਏ अफगानिस्तान ਵਿੱਚ ਉਹਨਾਂ ਦੀ ਜ਼ਿੰਦਗੀ ਬਹੁਤ ਸੁਖਾਂਪਰੀ ਸੀ ਹੈਪੀ ਪਲੇਜ਼ੈਂਟ ਈਜ਼ੀ ਪਰ ਜਦ ਉਹ 17 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਤਾ ਜੀ ਪੂਰੇ ਹੋ ਗਏ 2 ਸਾਲ ਬਾਅਦ ਉਹਨਾਂ ਦੇ ਪਿਤਾ ਜੀ ਪੂਰੇ ਹੋ ਗਏ ਨੰਦ ਲਾਲ ਜੀ ਉਦੋਂ ਸਿਰਫ 19 ਸਾਲ ਦੇ ਸਨ ਉਹਨਾਂ ਨੇ ਆਪਣੇ ਪਿਤਾ ਦੀ ਥਾਂ ਤੇ ਕੰਮ ਕਰਨਾ ਚਾਹਿਆ ਰਿਮੈਂਬਰ ਉਹਨਾਂ ਦੇ ਪਿਤਾ ਜੀ ਦਾਰਾ ਸ਼ਿਕੋ ਦੇ ਦਰਬਾਰ ਚ ਕੰਮ ਕਰਦੇ ਸਨ ਪਰ ਉਹਨਾਂ ਦੀ ਉਮਰ ਛੋਟੀ ਹੋਣ ਕਰਕੇ ਮੀਰ ਮਰਸ਼ੀਦਾ ਅਹੁਦਾ ਨਾ ਮਿਲਿਆ ਸੋ ਇੱਥੇ देयर इज ਅ ਮਿਸਟੇਕ ਉਹਨਾਂ ਦੀ ਉਮਰ ਛੋਟੀ ਹੋਣ ਕਰਕੇ ਇਟਸ ਰਾਈਟ ਦਾ ਵਰਡ ਕਰਕੇ ਮੀਰ ਮਨਸ਼ੀਦਾ ਅਹੁਦਾ ਨਾ ਮਿਲਿਆ ਉਹ ਨਿਰਾਸ਼ ਹੋ ਗਏ ਉਹਨਾਂ ਨੇ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਦੋ ਖਚਰਾ ਕਚਰਾ ਮਿਊਲਸ ਅਤੇ ਦੋ ਨੌਕਰਾਂ ਦੇ ਨਾਲ ਇੱਕ ਕਾਫਲੇ ਨਾਲ ਮਿਲ ਗਏ ਅਤੇ ਅਫਗਾਨਿਸਤਾਨ ਤੋਂ ਮਲਤਾਨ which is in pakistan leitor p so قافلہ is the, is a group of people who travel together and usually they travel on horses they travel on oxen they travel on camels right so eto kachran wale si te ikatthe pakistan unhone jaan da faisla kita multan shehar ponche us 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 shehar which ਇਛਲ ਸੇ ਉਸ ਸ਼ਹਿਰ ਵਿੱਚ ਪੰਜਾਬੀ ਦਾ ਵੱਡਾ ਸੈਂਟਰ ਸੀ ਬਹੁਤ ਵਿਦਵਾਨ ਅਤੇ ਸੂਫੀ ਰਹਿੰਦੇ ਸਨ ਸ਼ਹਿਰ ਦੇ ਦਿੱਲੀ ਦਰਵਾਜੇ ਤੋਂ ਬਾਹਰ ਕੁਝ ਖੱਤਰੀ ਲੋਕ ਰਹਿੰਦੇ ਸਨ ਸੋ ਆਲ ਆਫ ਥੀਸ ਆਰ ਕਾਸ ਰਿਮੈਂਬਰ ਹੁੰਦਾ ਸੀ ਬ੍ਰਾਹਮਣ ਹੁੰਦਾ ਸੀਗਾ ਖੱਤਰੀ ਸ਼ੂਦਰ ਵਾਸ਼ ਰਾਈਟ ਉਹਨਾਂ ਨੂੰ ਉੱਥੇ ਜਾ ਕੇ ਚੰਗਾ ਲੱਗਾ ਉੱਥੇ ਹੀ ਉਹਨਾਂ ਨੇ ਆਪਣਾ ਮਕਾਨ ਬਣਾਇਆ ਉਹਨਾਂ ਨੇ ਅਫਗਾਨੀ ਨੌਕਰ ਉਹਨਾਂ ਦੇ ਅਫਗਾਨੀ ਨੌਕਰ ਉਹਨਾਂ ਨੂੰ ਆਕਾ ਕਹਿੰਦੇ ਸਨ ਇਸ ਲਈ ਉਸ ਮਹੱਲੇ ਦਾ ਨਾਂ ਆਗਾਪੁਰ ਪੈ ਗਿਆ ਸੋ ਆਕਾ ਤੋਂ ਆਗਾ ਬਣ ਗਿਆ ਉਹ ਅੱਜ ਵੀ ਮਹੱਲਾ ਆਗਾਪੁਰ ਦੇ ਨਾਂ ਨਾਲ ਮਸ਼ਹੂਰ ਹੈ ਉਹਨਾਂ ਦਾ ਵਿਆਹ ਉਸੇ ਮਹੱਲੇ ਦੀ ਸਿੱਖ ਬੀਬੀ ਸਤਵੰਤੀ ਨਾਲ ਹੋਇਆ ਉਹਨਾਂ ਦੇ ਦੋ ਬੱਚੇ ਹੋਏ ਉਹਨਾਂ ਦੀ ਪਤਨੀ ਸਤਵੰਤੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਫਿਰ ਜਾ ਕੇ ਸੌਂ ਜਾਂਦੀ ਸੀ ਇੱਕ ਦਿਨ ਨੰਦ ਲਾਲ ਜੀ ਨੇ ਉਸ ਨੂੰ ਜਾਗਦੇ ਦੇਖਿਆ ਉਸ ਦੇ ਉਹਨਾਂ ਨੇ ਉਸ ਨੂੰ ਪਾਠ ਕਰਦੇ ਦੇਖਿਆ ਜਦ ਵਾਪਸ ਆ ਕੇ ਸੌਣ ਲੱਗੀ ਤਾਂ ਨੰਦ ਲਾਲ ਜੀ ਨੇ ਉਸ ਨੂੰ ਪੁੱਛਿਆ ਕੀ ਕਰਕੇ ਆਈ ਹੈ ਜੇਕਰ ਕੋਈ ਚੰਗਾ ਕੰਮ ਹੈ ਤਾਂ ਲੁਕਾਇਆ ਕਿਉਂ ਜੇ ਗਲਤ ਕੰਮ ਹੈ ਤਾਂ ਉਹ ਕੰਮ ਕਰਦੀ ਕਿਉਂ ਹੈ ਸਤਵੰਤੀ ਨੇ ਕਿਹਾ ਕਿ ਉਹ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਅਤੇ ਉਸ ਉਹ ਇਸ ਲਈ ਲੁੱਕ ਕੇ ਪਾਠ ਕਰਦੀ ਹੈ ਤਾਂ ਕਿ ਨੰਦ ਲਾਲ ਜੀ ਕਿਤੇ ਗੁੱਸਾ ਨਾ ਕਰਨ ਰਿਮੈਂਬਰ ਨੰਦ ਲਾਲ ਜੀ ਵਾਸ ਨਾਟ ਅ ਸਿੱਖ ਸੋ ਥੇ ਸ਼ੁਡ ਬੀ ਉਹ ਕਹਿੰਦੇ ਹਨ ਉਸ ਤੋਂ ਬਾਅਦ ਨੰਦ ਲਾਲ ਜੀ ਨੇ ਵੀ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਉਹ ਸਿੱਖੀ ਨਾਲ ਜੁੜੇ ਜਦ ਮਲਤਾਨ ਦੇ ਗਵਰਨਰ ਨੂੰ ਉਹਨਾਂ ਦੀ ਕਾਬਲੀਅਤ ਮੀਨਸ ਐਬਿਲਿਟੀ intelligence ਦਾ ਪਤਾ ਲੱਗ ਗਿਆ ਤਾਂ ਉਸ ਨੇ ਉਹਨਾਂ ਨੂੰ ਮੁਲਤਾਨ ਦਾ دیਵਾਨ ਬਣਾ ਦਿੱਤਾ دیਵਾਨ ਇਸਨ ਅਫੀਸਰ ਪਾਈ ਨੰਦ ਲਾਲ ਜੀ ਨੇ ਮੁਲਤਾਨ ਵਿੱਚ ਦੋ ਫਾਰਸੀ ਦੀਆਂ ਕਿਤਾਬਾਂ ਲਿਖੀਆਂ ਉਹਨਾਂ ਕਿਤਾਬਾਂ ਵਿੱਚ ਉਹਨਾਂ ਨੇ ਰੱਬ ਦੀ ਉਸਤਤ ਕੀਤੀ ਉਸਤਤ ਮੀਨਸ ਪ੍ਰੇਸ ਉਹ ਕਿਤਾਬਾਂ ਮਸ਼ਹੂਰ ਹੋਈਆਂ ਮੁਲਤਾਨ ਦਾ ਹਾਕਮ ਵੀ ਉਹਨਾਂ ਨਾਲ ਖੁਸ਼ ਹੋਇਆ ਪਰ ਨੰਦ ਲਾਲ ਜੀ ਦਾ ਮਨ ਕੰਮ ਕਰਨ ਤੋਂ ਉਚਾਠ ਹੋ ਗਿਆ مین صاحب ہی ڈڈ ناٹ لائک دی ورک انی مور او نوکر نو لے کے ملتان چھٹ کے امرتسر دی یاترا تے نکل پئے امرتسر وچ ہرمندر صاحب دے درشن کیتے پھر اگڑے پہنچے اوتھے اورنگزیب دا بڑا پتر شہزادہ موظم گورنر سی اس دے دربار وچ پہنچے اس نے انہاں دی فارسی وچ لیاقت ਅਤੇ ਸਿਆਨਪਨ ਦੇ ਕੇ ਉਹਨਾਂ ਨੂੰ ਆਪਣਾ ਫਾਰਸੀ ਦਾ ਉਸਤਾਦ ਬਣਾਇਆ ਟੀਚਰ ਅਤੇ ਨਾਲ ਹੀ ਮੀਰ ਮੁਨਸ਼ੀ ਦਾ ਆਹੁਦਾ ਦਿੱਤਾ ਰਿਮੈਂਬਰ ਹੀ ਵਾਂਟਿਡ ਟੂ ਬੀ ਮੀਰ ਮੁਨਸ਼ੀ ਇਨ ਅਫਗਾਨਿਸਤਾਨ ਬਟ ਹੀ ਵਾਸਨਟ ਮੇਡ ਮੀਰ ਮੁਨਸ਼ੀ ਇੱਕ ਵਾਰ ਔਰੰਗਜ਼ੇਬ ਆਗਰੇ ਆਇਆ ਔਰੰਗਜ਼ੇਬ ਧਾਰਮਿਕ ਇਨਸਾਨ ਸੀ ਉਸ ਨੂੰ ਕੁਰਾਨ ਪੜ੍ਹਨਾ ਚੰਗਾ ਲੱਗਦਾ ਸੀ ਇੱਕ ਦਿਨ ਉਸ ਦੇ ਦਰਬਾਰ ਵਿੱਚ ਕੁਝ ਮੌਲਵੀ ਕੁਰਾਨ ਦੀਆਂ ਆਇਤਾਂ ਜਾਂ ਸ਼ਲੋਕ ਦੇ ਮਤਲਬ ਦੱਸ ਰਹੇ ਸਨ औरंगजेब न कोई मतलब पसंद नहीं आए शाम को शहजादे ने नंद लाल जी को उस आयत का मतलब पूछा अगले दिन औरंगजेब यह मतलब सुनाया औरंगजेब आयत का सोहना मतलब सुन के बहुत हैरान होया उसने शहजादे को पुछया कि ए मतलब कितों आए ਜੱਸ شہزادے ਨੇ ਪਾਈ ਨੰਦ ਲਾਲ ਜੀ ਬਾਰੇ ਉਸ ਨੂੰ ਦੱਸਿਆ ਤਾਂ ਉਸ ਨੇ شہزادے شہزادے ਨੂੰ ਕਹਿ ਕੇ ਨੰਦ ਲਾਲ ਜੀ ਨੂੰ ਦਰਬਾਰ ਵਿੱਚ ਬੁਲਾਇਆ ਨੰਦ ਲਾਲ ਜੀ ਆਏ ਉਹਨਾਂ ਨੇ ਹੋਰ ਆਇਤਾਂ ਦੇ ਮਤਲਬ ਵੀ ਦੱਸੇ ਔਰੰਗਜ਼ੇਬ ਨੇ ਖੁਸ਼ ਹੋ ਕੇ ਨੰਦ ਲਾਲ ਜੀ ਨੂੰ 500 ਸੋਨੇ ਦੀਆਂ ਮੋਹਰਾਂ ਦਿੱਤੀਆਂ ਦੈਟਸ ਲਾਈਕ ਕੋਇਨਸ ਗੋਲਡ ਕੋਇਨਸ ਦਰਬਾਰ ਵਿੱਚ ਬੈਠੇ ਬੈਠੇ ਮਾਲਵੀਆ ਨੇ ਔਰੰਗਜ਼ੇਬ ਨੂੰ ਕਿਹਾ ਨੰਦ ਲਾਲ ਮੁਸਲਮਾਨ ਨਹੀਂ ਉਸ ਨੂੰ ਮੁਸਲਮਾਨ ਬਣਾਓ ਜਦ ਸ਼ਹਿਜ਼ਾਦ ਦੇ ਮੁਰਾਦ ਨੇ ਇਹ ਗੱਲ ਸੁਣੀ ਤਾਂ ਉਸਨੇ ਨੰਦ ਲਾਲ ਜੀ ਨੂੰ ਕਿਹਾ ਕਿ ਔਰੰਗਜ਼ੇਬ ਉਹਨਾਂ ਨੂੰ ਮੁਸਲਮਾਨ ਬਣਨ ਲਈ ਕਹੇਗਾ ਜੇ ਉਹ ਇਸਲਾਮ ਕਬੂਲ ਨਹੀਂ ਕਰਨਗੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋਵੇਗਾ ਉਸਨੇ ਕਿਹਾ ਕਿ ਉਹ ਦਿੱਲੀ ਛੱਡ ਕੇ ਚਲੇ ਜਾਣ ਸੋ ਇਹ ਥੋੜਾ ਲੰਮਾ ਐਸੇ ਸੀ ਇਦੇ ਵਿੱਚ 802 ਸ਼ਬਦ ਨੇ ਤੇ ਤੁਸੀਂ ਇਹਨੂੰ ਪੜਨ ਦੇ ਵਿੱਚ ਇਫ ਯੂ ਰੀਡ 70 80 ਵਰਡਸ ਪਰ ਮਿੰਟ ਤੰਨੂੰ 90 ਮਿੰਟ ਲੱਗ ਸਕਦੇ ਨੇ ਠੀਕ ਹੈ ਪਿਆਰ ਨਾਲ ਪੜਨਾ ਸੋ ਬਿਊਟੀਫੁਲ ਸਟੋਰੀ ਇਟ ਟੈਲਸ ਯੂ ਦਾ ਬਾਇਓਗ੍ਰਾਫੀ ਆਫ ਪਾਈਨੰਦਲਾ ਜੀ ਫਰਮ ਦਾ ਟਾਈਮ ਹੀ ਵਾਸ ਬੋਰਨ 올 ਦਾ ਵੇ ਅੰਟਿਲ ਹੀ ਬੀਕਮਡ ਅ ਸਿਕ ਠੀਕ ਹੈ ਸੋ ਤੁਹਾਨੂੰ ਇਹ ਪੜਨਾ ਪਏਗਾ ਦੁਬਾਰਾ ਬਿਫੋਰ ਯੂ ਕੈਨ ਆਨਸਰ ਥੀਸ ਕੁਐਸਚਨਸ ਠੀਕ ਹੈ ਸੋ ਸੋਮਵਾਰ ਤੁਸੀਂ ਫਿਰ ਇਹ ਵਾਲਾ ਟਾਈਮਰ ਸ਼ੁਰੂ ਕਰਕੇ ਇਹ ਲੇਖ ਦੁਬਾਰਾ ਪੜੋਗੇ ਕਿੰਨੇ ਮਿੰਟ ਲੱਗੇ ਰਿਕਾਰਡ ਕਰੋਗੇ ਠੀਕ ਹੈ ਤੇ ਤੁਸੀਂ ਇਹ ਕਲਾਸ ਵਿੱਚ ਵੀ ਕਰ ਸਕਦੇ ਹੋ ਤੁਸੀਂ ਘਰ ਵੀ ਕਰ ਸਕਦੇ ਹੋ ਤੁਸੀਂ ਕੁਐਸਚਨ ਪੜੋਗੇ ਤੇ ਫਿਰ ਕੁਐਸਚਨਸ ਦੇ ਆਨਸਰ ਪੂਰੇ ਵਾਕਾਂ ਦੇ ਵਿੱਚ ਲਿਖੋਗੇ ਠੀਕ ਹੈ ਬੁੱਧਵਾਰ ਤੁਸੀਂ ਇੰਨਾ ਪ੍ਰਸ਼ਨ ਦੇ ਠੀਕ ਉੱਤਰ ਚੁਣੋਗੇ ਦੇ ਸ਼ੁੱਡ ਬੀ ਈਜ਼ੀ ਫਾਰ ਯੂ ਤੇ ਵੀਰ ਵਰਨ ਨੂੰ ਐ ਨਸ਼ਬਦਾਂ ਨੂੰ ਵਾਕਾਂ ਦੇ ਵਿੱਚ ਵਰਤੋਗੇ ਤੁਸੀਂ ਜਿਹੜੇ ਵਾਕਾਂ ਦੇ ਵਿੱਚ ਇਹ ਸ਼ਬਦ ਆਏ ਨੇ ਤੁਸੀਂ ਉਹਨਾਂ ਨੂੰ ਕਾਪੀ ਕਰਕੇ ਲਿਖ ਸਕਦੇ ਹੋ ਜਾਂ ਤੁਸੀਂ Uh, walk up and ask the okay? so hopefully my reading will help you understand the story a little bit better and um, by reading again you will become an amazing amazing reader okay? so thank you for working with me i'll see you next time until then